ਪੰਜਾਬ 'ਚ ਕਾਂਗਰਸ ਨੂੰ ਝਟਕੇ ਤੇ ਝਟਕੇ ਲੱਗ ਰਹੇ ਨੇ ਤੇ ਨਵਾਂ ਝਟਕਾ ਅਜੇ ਕਿ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਇਹ ਬੀਜੇਪੀ 'ਚ ਸ਼ਾਮਲ ਹੋ ਗਏ। ਹਾਲਾਂਕਿ ਇਹਨਾਂ ਦੀਆਂ ਚਰਚਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ। ਮੇਰੇ ਨਾਲ ਲੁਧਿਆਣਾ ਤੋਂ ਮੇਰੇ ਸਹਿਯੋਗੀ ਵਿਵੇਕ ਜੀ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਬੀਜੇਪੀ ਦੇ ਲਈ ਕਿੱਡੀ ਵੱਡੀ ਖੁਸ਼ਖਬਰੀ ਅਤੇ ਕਾਂਗਰਸ ਲਈ ਕਿੰਨਾ ਵੱਡਾ ਝਟਕਾ ਲੁਧਿਆਣਾ ਦੀ ਪੰਜਾਬ ਦੀ ਸਿਆਸਤ 'ਤੇ ਇਸ ਦਾ ਕੀ ਅਸਰ ਪਵੇਗਾ ਵਿਵੇਕ ਜੀ? ਜੀ ਬਿਲਕੁਲ, ਰਵਨੀਤ ਬਿੱਟੂ ਦੇ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ। ਚਰਚਾਵਾਂ ਇੱਥੇ ਤੱਕ ਸੀਗੀਆਂ ਕਿ ਰਵਨੀਤ ਬਿੱਟੂ ਇਸ ਵਾਰ ਲੁਧਿਆਣਾ ਤੋਂ ਚੋਣ ਨਹੀਂ ਲੜ ਕੇ ਕਾਂਗਰਸ ਦੀ ਟਿਕਟ 'ਤੇ ਕਿਸੇ ਹੋਰ ਸ਼ਹਿਰ ਦਾ ਰੁੱਖ ਕਰ ਸਕਦੇ ਨੇ, ਪਰ ਕਿਤੇ ਨਾ ਕਿਤੇ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਸੀ ਕਿ ਬੀਜੇਪੀ ਦੇ ਨਾਲ ਕਾਫੀ ਨਜ਼ਦੀਕੀਆਂ ਸੀ, ਅਮਿਤ ਸ਼ਾਹ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਸੀਗੇ, ਤਾਂ ਬੀਜੇਪੀ ਦੇ ਨਾਲ ਨਜ਼ਦੀਕੀਆਂ ਦੇ ਚੱਲਦੇ ਲਗਾਤਾਰ ਕਿਆਸਰਾਈਆਂ ਸੀਗੀਆਂ ਕਿ ਬੀਜੇਪੀ ਦਾ ਵੀ ਰੁੱਖ ਕਰ ਸਕਦੇ ਨੇ, ਤਾਂ ਉਹਨਾਂ ਕਿਆਸਰਾਈਆਂ ਦੇ ਉੱਤੇ ਅੱਜ ਵਿਰਾਮ ਲੱਗਿਆ ਵਾ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬੀਜੇਪੀ ਜੁਆਇਨ ਕੀਤਾ ਵਾ। ਲੁਧਿਆਣਾ ਦੀ ਸਿਆਸਤ, ਪੰਜਾਬ ਦੀ ਸਿਆਸਤ ਦੇ ਉੱਤੇ ਇਸ ਦਾ ਵੱਡਾ ਅਸਰ ਪਏਗਾ, ਖਾਸ ਕਰ ਜੇ ਗੱਲ ਕੀਤੀ ਜਾਵੇ ਕਾਂਗਰਸ ਨੂੰ ਲੈ ਕੇ, ਕਿ ਕਾਂਗਰਸ ਵਾਸਤੇ ਅੱਜ ਬਹੁਤ ਵੱਡਾ ਝਟਕਾ ਵਾ, ਕਿਉਂਕਿ 3 ਵਾਰ ਦੇ ਲਗਾਤਾਰ MP ਜਦੋਂ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਰੁੱਖ ਕਰਦੇ ਨੇ, ਤਾਂ 2024 ਇਲੈਕਸ਼ਨਾਂ ਦੇ ਵਿੱਚ ਉਸਦੇ ਮਾਇਨੇ ਜ਼ਰੂਰ ਨਿਕਲਣਗੇ, ਕੁਛ ਨਾ ਕੁਛ ਉਸਦਾ ਅਸਰ ਜ਼ਰੂਰ ਪਏਗਾ। ਤਾਂ ਰਵਨੀਤ ਬਿੱਟੂ 2014-2019 ਦੇ ਵਿੱਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਅਤੇ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਲੋਕ ਸਭਾ ਪਹੁੰਚਦੇ ਨੇ, ਤਾਂ ਤਿੰਨ ਟਰਨ ਦੇ ਵਿੱਚ ਲਗਾਤਾਰ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਵੱਡੇ ਚਿਹਰੇ ਦੇ ਰੂਪ ਦੇ ਵਿੱਚ ਨੁਮਾਇੰਦਗੀ ਕਰਦੇ ਨਜ਼ਰ ਆਏ ਸੀਗੇ, ਵੱਖ ਵੱਖ ਮੁੱਦਿਆਂ ਨੂੰ ਉਠਾਲਦੇ ਨਜ਼ਰ ਆਏ ਸੀਗੇ। ਬੇਸ਼ੱਕ ਗਰਮ ਖਿਆਲੀ ਅਤੇ ਖਾਲਿਸਤਾਨ ਦੇ ਖਿਲਾਫ਼ ਲਗਾਤਾਰ ਬੇਬਾਕ ਹੋ ਕੇ ਆਪਣੀ ਰਾਏ ਰੱਖਦੇ ਰਹੇ ਸੀਗੇ, ਤਾਂ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਫੈਕਟਰ ਜ਼ਰੂਰ ਰਿਹਾ ਵਾ, ਕਿਉਂਕਿ ਬੀਜੇਪੀ ਜਿਸ ਤਰ੍ਹਾਂ ਖਾਲਿਸਤਾਨ ਹੋਵੇ ਜਾਂ ਬੰਦੀ ਸਿੰਘਾਂ ਨੂੰ ਲੈ ਕੇ ਸਟੈਂਡ ਸਪੱਸ਼ਟ ਕਰਦੀ ਰਹੀ ਹੈ ਅਤੇ ਉਹਨਾਂ ਦੀ ਗੱਲ ਨਹੀਂ ਮੰਨਦੀ ਰਹੀ, ਬੇਸ਼ੱਕ ਅਕਾਲੀ ਦਲ ਨਾਲ ਸਮਝੌਤਾ ਟੁੱਟਣ ਦੇ ਪਿੱਛੇ ਵੀ ਇਹ ਕਾਰਨ ਰਿਹਾ ਵਾ, ਅਤੇ ਅੱਜ ਜਦੋਂ ਹੁਣ ਅਕਾਲੀ ਦਲ ਦੇ ਵੱਲੋਂ ਫਿਰ ਇਹੀ ਮੰਗਾਂ ਦੁਆਰਾ ਰੱਖੀਆਂ ਗਈਆਂ, ਤਾਂ ਉਸ ਸਭ ਦੇ ਦੌਰਾਨ ਰਵਨੀਤ ਬਿੱਟੂ ਬੀਜੇਪੀ ਜੁਆਇਨ ਕਰਦੇ ਨੇ, ਤਾਂ ਪੰਜਾਬ ਕਾਂਗਰਸ ਦੇ ਉੱਤੇ, ਪੰਜਾਬ ਦੀ ਰਾਜਨੀਤੀ ਦੇ ਉੱਤੇ ਵੱਡਾ ਅਸਰ ਜ਼ਰੂਰ ਪਏਗਾ 2024 ਇਲੈਕਸ਼ਨ। ਬਿਲਕੁਲ ਵਿਵੇਕ ਜੀ, ਅੱਜ ਉਹ ਬੀਜੇਪੀ 'ਚ ਸ਼ਾਮਲ ਹੋਏ ਨੇ, ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਹੋ ਸਕਦੇ ਨੇ, ਇਹ ਤਕਰੀਬਨ ਅਸੀਂ ਤੈਅ ਮੰਨ ਸਕਦੇ ਹਾਂ। ਅਤੇ ਅੱਜ ਹੀ ਬੀਜੇਪੀ ਨੇ ਐਲਾਨ ਕੀਤਾ ਕਿ ਪੰਜਾਬ 'ਚ ਇਕੱਲਿਆ ਚੋਣ ਲੜਨਗੇ 13 ਦੇ 13 ਸੀਟਾਂ 'ਤੇ। ਤੁਸੀਂ ਇਹ ਤਾਂ ਜ਼ਿਕਰ ਕੀਤਾ ਕਿ ਅਮਿਤ ਸ਼ਾਹ ਦੇ ਕਰੀਬੀ ਨੇ, ਪਰ ਕਾਂਗਰਸ ਉਹਨਾਂ ਨੂੰ ਰਾਹੁਲ ਗਾਂਧੀ ਦਾ ਕਰੀਬੀ ਵੀ ਕਿਹਾ ਜਾਂਦਾ ਹੈ, ਅਸੀਂ ਕਾਰਨ ਕੀ ਮੰਨ ਸਕਦੇ ਹਾਂ ਕਿ ਅਚਾਨਕ ਇਹ ਜਿਹੜੀ ਪਲਟੀ ਵੱਜੀ ਹੈ ਕਾਂਗਰਸ ਟੂ ਬੀਜੇਪੀ? ਕਿਉਂਕਿ ਕਿਤੇ ਨਾ ਕਿਤੇ ਇੱਕ ਕਾਰਨ ਇਹ ਵੀ ਹੋ ਸਕਦਾ, ਕਿਉਂਕਿ 10 ਸਾਲ ਤੋਂ ਲਗਾਤਾਰ ਲੁਧਿਆਣਾ ਦੀ ਨੁਮਾਇੰਦਗੀ ਕਰਦੇ ਨਜ਼ਰ ਆਏ ਸੀ ਲੋਕ ਸਭਾ ਦੇ ਵਿੱਚ, ਐਂਟੀ ਇਨਕੈਪੈਸੀ ਵੀ ਸੀਗੀ। ਰਵਨੀਤ ਬਿੱਟੂ ਦੇ ਮਾਮਲੇ ਦੇ ਵਿੱਚ ਇਹ ਜ਼ਰੂਰ ਕਿਹਾ ਜਾਂਦਾ ਸੀਗਾ ਕਿ ਉਹਨਾਂ ਨੂੰ ਇਹ ਡਰ ਹੋਵੇਗਾ ਕਿ ਅਗਰ ਮੈਂ ਕਾਂਗਰਸ ਦੀ ਟਿਕਟ ਤੋਂ ਲੜਦਾ, ਅਗਰ ਟਿਕਟ ਮਿਲਦੀ ਹੈ, ਕਾਂਗਰਸ ਟਿਕਟ ਦਿੰਦੀ ਹੈ, ਤੇ ਹਾਰ ਵੀ ਸਕਦਾ ਐਂਟੀ ਇਨਕਮ। ਜੀ ਬਿਲਕੁਲ, ਕਿਉਂਕਿ ਉਹ ਲੋਕਾਂ ਦੇ ਨਾਲ ਰਾਬਤਾ ਘੱਟ ਸੀਗਾ, ਲੋਕਾਂ ਦੇ ਵਿੱਚ ਇੱਕ ਚਰਚਾ ਸੀਗੀ ਕਿ ਰਵਨੀਤ ਬਿੱਟੂ ਜਿੱਤਣ ਤੋਂ ਬਾਅਦ ਲੋਕਾਂ ਦੇ ਨਾਲ ਰਾਬਤਾ ਘੱਟ ਕਰ ਦਿੰਦੇ ਨੇ, ਤੇ ਲੋਕਾਂ ਨੂੰ ਅਗਰ ਕੋਈ ਕੰਮ ਪੈਂਦਾ ਤਾਂ ਉਹਨਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ, ਤਾਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਰਚਾਵਾਂ ਸੀ, ਉਸ ਨੂੰ ਹਵਾ ਦਾ ਰੁੱਖ ਭਾਪ ਕੇ ਇਹ ਰਵਨੀਤ ਬਿੱਟੂ ਵੱਲੋਂ ਇਹ ਸਟੈਪ ਚੱਕਿਆ ਗਿਆ ਹੋ ਸਕਦਾ, ਕਿਉਂਕਿ ਲੋਕ ਕਾਫੀ ਵਿਰੋਧ ਦੇ ਸੀਗੇ ਪਿਛਲੇ ਦਿਨਾਂ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਇੱਕ ਮੀਟਿੰਗ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਜਾਂਦੇ ਸੀਗੇ, ਉਸ ਨੂੰ ਲੈ ਉਸ ਤੋਂ ਬਾਅਦ ਵੀ ਕਾਫੀ ਕਿਆਸ ਰਾਈਆਂ ਦਾ ਜਿਹੜੀਆਂ ਮੈਂ ਲੁਧਿਆਣਾ ਦੇ ਵਿੱਚ ਨਿਕਾਲੀਆਂ ਜਾ ਰਹੀਆਂ ਸੀ ਕਿ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਇਲੈਕਸ਼ਨ ਲੜਨਾ ਚਾਹੁੰਦੇ ਨੇ, ਅਤੇ ਉਸ ਨੂੰ ਲੈ ਕੇ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ। ਪਰ ਉਹ ਕਿਆਸ ਰਾਈਆਂ ਵਿਰਾਮ ਹੁੰਦੀਆਂ ਜਦੋਂ ਗ੍ਰਿਫਤਾਰੀ ਦੇਣ ਦਾ ਸਮਾਂ ਆਇਆ, ਭਾਰਤ ਭੂਸ਼ਣ ਆਸ਼ੂ ਵੱਲੋਂ ਵੀ ਰਵਨੀਤ ਬਿੱਟੂ ਦੇ ਨਾਲ ਮਿਲ ਕੇ ਗ੍ਰਿਫਤਾਰੀ ਦਿੱਤੀ ਗਈ। ਪਰ ਫਿਲਹਾਲ ਹੁਣ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਅਗਲੀ ਸਿਆਸਤ ਕੀ ਹੋਏਗੀ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ। ਬੀਜੇਪੀ ਦੇ ਉਮੀਦਵਾਰ ਹੋ ਸਕਦੇ ਨੇ ਲੁਧਿਆਣਾ ਤੋਂ, ਬੀਜੇਪੀ ਦੇ ਉਮੀਦਵਾਰ ਹੋ ਸਕਦੇ ਨੇ ਲੁਧਿਆਣਾ ਤੋਂ, ਇਹ ਚਰਚਾ ਹੈ? ਜੀ ਬਿਲਕੁਲ, ਲੁਧਿਆਣਾ ਦੇ ਵਿੱਚ ਬੀਜੇਪੀ ਦੇ ਇੱਕ ਚਰਚਾ ਇਹ ਵੀ ਚੱਲੀ ਸੀ ਕਿ ਬੀਜੇਪੀ ਇਸ ਵਾਰ ਲੁਧਿਆਣਾ ਤੋਂ ਕੋਈ
ਤਕੜਾ ਕੈਂਡੀਡੇਟ, ਕੋਈ ਹੈਵੀ ਵੇਟ ਕੈਂਡੀਡੇਟ ਉਤਾਰੇਗੀ। ਇਹ ਤੁਸੀਂ ਪੁੱਛਿਆ ਵੀ ਸੀ ਸਵਾਲ ਮੀਨਾਕਸ਼ੀ ਲੇਖੀ ਨੂੰ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਕੋਈ ਸੈਲੀਬ੍ਰਿਟੀ ਚਿਹਰਾ ਕਾਂਗਰਸ ਸੈਲੀਬ੍ਰਿਟੀ ਚਿਹਰਾ ਜੋ ਬੀਜੇਪੀ ਉਤਾਰ ਸਕਦੀ ਹੈ ਲੁਧਿਆਣਾ ਤੋਂ, ਖੈਰ ਹੁਣ ਬਿੱਟੂ ਆ ਗਏ ਨੇ, ਇਹ ਮੰਨਿਆ ਜਾ ਸਕਦਾ ਉਹ ਉਮੀਦਵਾਰ ਹੋ ਸਕਦੇ ਨੇ, ਫਿਰ ਤਾਂ ਐਂਟੀ ਇਨਕੰਪੈਂਸੀ ਦਾ ਡਰ ਉਹਨਾਂ ਨੂੰ ਬੀਜੇਪੀ 'ਚ ਰਹਿ ਕੇ ਵੀ ਹੋਵੇਗਾ। ਇਹ ਕਿਵੇਂ ਮੰਨਿਆ ਜਾ ਸਕਦਾ ਕਿ ਬੀਜੇਪੀ ਦੀ ਟਿਕਟ ਤੋਂ ਚੋਣ ਲੜਨਗੇ ਅਤੇ ਲੋਕਾਂ ਦਾ ਗੁੱਸਾ ਉਹਨਾਂ 'ਤੇ ਨਿਕਲੇਗਾ? ਜੀ ਬਿਲਕੁਲ, ਬੀਜੇਪੀ ਦਾ ਨਾ ਆਪਣਾ ਇੱਕ ਕੈਡਰ ਹੈ, ਬੀਜੇਪੀ ਦੀ ਜਿਹੜਾ ਕੈਡਰ ਹੈ ਉਸਨੇ ਉਸਦੇ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਗ੍ਰਾਫ ਜਿਹੜਾ ਵਾ ਪਿਛਲੇ ਸਮੇਂ ਤੋਂ ਲਗਾਤਾਰ ਵੱਧਦਾ ਨਜ਼ਰ ਆਇਆ। ਬੇਸ਼ੱਕ ਦਿਹਾਤੀ ਇਲਾਕਿਆਂ ਦੇ ਵਿੱਚ ਬੀਜੇਪੀ ਲੀਡਰਾਂ ਨੂੰ ਵੜਨ ਤੱਕ ਦੀ ਮਨਾਹੀ ਦੇ ਪੋਸਟਰ ਲੱਗ ਚੁੱਕੇ ਨੇ ਪੰਜਾਬ ਦੇ ਵਿੱਚ, ਪਰ ਸ਼ਹਿਰਾਂ ਦੇ ਵਿੱਚ ਹਿੰਦੂ ਬੈਲਟ ਅਗਰ ਕਹੀ ਜਾਵੇ ਤਾਂ ਹਿੰਦੂ ਬੈਲਟ ਦੇ ਵਿੱਚ ਬੀਜੇਪੀ ਦਾ ਗ੍ਰਾਫ ਜ਼ਰੂਰ ਵਧਿਆ ਵਾ। ਕਿਤੇ ਨਾ ਕਿਤੇ ਕਾਰਨ ਇਹ ਵੀ ਰਵਨੀਤ ਬਿੱਟੂ ਦੇ ਬੀਜੇਪੀ ਸ਼ਾਮਿਲ ਹੋਣ ਨੂੰ ਹੋ ਸਕਦੇ ਨੇ, ਕਿਉਂਕਿ ਲੁਧਿਆਣਾ ਦੇ ਵਿੱਚ 9 ਸੀਟਾਂ ਦੇ ਵਿੱਚੋਂ 6 ਸੀਟਾਂ ਜਿਹੜੀਆਂ ਵਾ ਸ਼ਹਿਰੀ ਸੀਟਾਂ ਵਾ ਅਤੇ ਵੱਡਿਆ ਵੋਟ ਬੈਂਕ ਆ ਬੀਜੇਪੀ ਦਾ ਵੀ ਅਤੇ ਹਿੰਦੂਤਵ ਦਾ ਵੀ, ਤਾਂ ਕਿਤੇ ਬੀਜੇਪੀ ਦੇ ਵਿੱਚ ਕੈਂਡੀਡੇਟ ਜ਼ਰੂਰ ਹੋ ਸਕਦੇ ਨੇ। ਪਰ ਹਜੇ ਕਿਆਸ ਰਾਈਆਂ ਇਹੀ ਲਗਾਈਆਂ ਜਾ ਸਕਦੀਆਂ ਕਿ ਉਹਦੇ ਬੀਜੇਪੀ ਰਵਨੀਤ ਬਿੱਟੂ ਨੂੰ ਕਿਸੇ ਹੋਰ ਸ਼ਹਿਰ ਤੋਂ ਵੀ ਉਤਾਰ ਸਕਦੀ ਆ, ਕਿਉਂਕਿ ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਦੀ ਕਾਰਗੁਜ਼ਾਰੀ ਲੋਕ ਦਾ। ਬਿਲਕੁਲ ਵਿਵੇਕ ਜੀ, ਜਦੋਂ ਤੁਸੀਂ ਰਵਨੀਤ ਬਿੱਟੂ ਨਾਲ ਗੱਲਬਾਤ ਕੀਤੀ ਸੀ, ਜਦੋਂ ਤੁਸੀਂ ਇੰਟਰਵਿਊ ਕੀਤਾ ਸੀ, ਉਦੋਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਮੈਂ ਲੁਧਿਆਣਾ ਤੋਂ ਸਿਵਾ ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜਾਂਗਾ, ਜਦੋਂ ਤੁਸੀਂ ਆਨੰਦਪੁਰ ਸਾਹਿਬ ਵਾਲਾ ਸਵਾਲ ਪੁੱਛਿਆ ਸੀ? ਜੀ ਬਿਲਕੁਲ, ਕੋਸ਼ਿਸ਼ ਤਾਂ, ਕਿਉਂਕਿ ਰਵਨੀਤ ਬਿੱਟੂ ਨਾਲ ਜਦੋਂ ਵੀ ਪਿਛਲੇ ਦਿਨਾਂ 'ਚ ਗੱਲਬਾਤ ਹੋਈ ਉਹਨਾਂ ਨੇ ਇਹ ਜ਼ਰੂਰ ਕਿਹਾ, ਜਦੋਂ ਉਹਨਾਂ ਕੋਲ ਸਿੱਧਾ ਸਵਾਲ ਇਹੀ ਪੁੱਛਿਆ ਗਿਆ ਕਿ ਹਾਂ ਵੀ ਇਸ ਵਾਰ ਲੋਕ ਸਭਾ ਚੋਣਾਂ ਕਿੱਥੋਂ ਲੜਨਗੇ, ਕਿਉਂਕਿ ਚਰਚਾਵਾਂ ਚੱਲ ਰਹੀਆਂ, ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਲੜਨਗੇ। ਸ਼ਾਇਦ ਕਿਤੇ ਇਹ ਚਰਚਾ ਇਹ ਵੀ ਸੀਗੀ ਕਿ ਲੁਧਿਆਣਾ ਤੋਂ ਕਾਂਗਰਸ ਕਿਸੇ ਹੋਰ ਨੂੰ ਵੀ ਨਾ ਟਿਕਟ ਦੇ ਦੇਵੇ, ਇਸ ਚਰਚਾਵਾਂ ਦੇ ਵਿੱਚ ਵੀ ਸ਼ਾਇਦ ਰਵਨੀਤ ਬਿੱਟੂ ਬੀਜੇਪੀ ਦਾ ਰੁੱਖ ਕਰ ਸਕਦੇ ਨੇ, ਪਰ ਇਹ ਹਜੇ ਕਿਆਸ ਰਾਈਆਂ ਹੀ ਨੇ। ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬੀਜੇਪੀ ਉਤਾਰਦੀ ਹੈ ਜਾਂ ਕਿ ਪੰਜਾਬ ਦੇ ਕਿਸੇ ਹੋਰ ਸ਼ਹਿਰ ਤੋਂ ਉਤਾਰਦੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਟਿਕਟਾਂ ਦਾ ਐਲਾਨ ਹੋਏਗਾ ਪੰਜਾਬ ਦੀਆਂ ਬੀਜੇਪੀ ਵੱਲੋਂ, ਤਾਂ ਉਸਦੇ ਵਿੱਚ ਰੁੱਖ ਸ਼ਾਮਿਲ ਹੋਏਗਾ। ਪਰ ਹਜੇ ਇਹ ਵੱਡਾ ਫੈਕਟਰ ਹੈ, ਕਾਂਗਰਸ ਨੂੰ ਵੱਡਾ ਝਟਕਾ ਵਾ ਪੰਜਾਬ ਦੀ ਰਾਜਨੀਤੀ। ਪਰ ਬਿਲਕੁਲ ਵਿਵੇਕ ਜੀ, ਕਾਂਗਰਸ ਦੇ ਲਈ ਮੈਂ ਲੁਧਿਆਣਾ 'ਚ ਦੇਖਾਂ, ਆਪਾਂ ਓਵਰਆਲ ਪੰਜਾਬ ਦੀ ਵੀ ਗੱਲ ਕਰਾਂਗੇ, ਲੁਧਿਆਣਾ 'ਚ ਕਿੰਨੀ ਵੱਡੀ ਚੁਣੌਤੀ ਕਾਂਗਰਸ ਦੇ ਲਈ ਰਹੇਗੀ ਆਪਣਾ ਕੈਂਡੀਡੇਟ ਉਤਾਰਨਾ ਅਤੇ ਰਵਨੀਤ ਬਿੱਟੂ ਅਗਰ ਸਾਹਮਣੇ ਮੁਕਾਬਲੇ 'ਚ ਰਹਿੰਦੇ? ਜੀ ਬਿਲਕੁਲ, ਕਾਂਗਰਸ ਵਾਸਤੇ ਵੱਡੀ ਚੁਣੌਤੀ ਰਹੇਗੀ, ਪਰ ਜਦੋਂ ਪਿਛਲੇ ਦਿਨਾਂ 'ਚ ਅਸੀਂ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਚਰਚਾ ਕੀਤੀ ਸੀ, ਤਾਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਵਾ ਇਹਨਾਂ ਦਾ ਨਾਮ ਵੀ ਲਗਾਤਾਰ ਚਰਚਾਵਾਂ 'ਚ ਚੱਲ ਰਿਹਾ। ਬੇਸ਼ੱਕ ਅਸੀਂ ਉਹਨਾਂ ਨਾਲ 2 ਵਾਰੀ ਗੱਲਬਾਤ ਵੀ ਕੀਤੀ, 1-to-1 ਗੱਲਬਾਤ ਦੇ ਵਿੱਚ ਉਹਨਾਂ ਨੇ ਨਕਾਰਿਆ ਕਿ ਉਹ ਲੋਕ ਸਭਾ ਉਮੀਦਵਾਰ ਦੀ ਜਿਹੜੀ ਹੈ ਦਾਅਵੇਦਾਰੀ ਨਹੀਂ ਜਿਤਾ ਰਹੇ ਨੇ। ਪਰ ਹੁਣ ਜਿਸ ਤਰ੍ਹਾਂ ਦੇ ਜਿਹੜਾ ਵਾ ਮਾਹੌਲ ਬਣ ਗਿਆ ਵਾ ਜਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ, ਉਸਦੇ ਵਿੱਚ ਕਾਂਗਰਸ ਜ਼ਰੂਰ ਲੁਧਿਆਣਾ ਤੋਂ ਕਿਸੇ ਹੈਵੀ ਵੇਟ ਉਮੀਦਵਾਰ ਨੂੰ ਉਤਾਰੇਗੀ, ਤਾਂ ਕਿ ਰਵਨੀਤ ਬਿੱਟੂ ਅਗਰ ਸਾਹਮਣੇ ਹੁੰਦੇ ਨੇ ਤਾਂ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਅਤੇ ਲੁਧਿਆਣਾ ਲੋਕ ਸਭਾ ਸੀਟ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕੇ। ਤਾਂ ਉਸਦੇ ਵਿੱਚ ਸਭ ਤੋਂ ਅਹਿਮ ਚਿਹਰਾ ਜਿਹੜਾ ਵਾ ਅੱਜ ਦੀ ਰਾਜਨੀਤੀ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਲੁਧਿਆਣਾ ਦੇ ਵਿੱਚ ਕੋਈ ਕਾਂਗਰਸ ਦਾ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਉਹ ਭਾਰਤ ਭੂਸ਼ਣ ਆਸ਼ੂ ਹੀ ਨੇ, ਜਿਹੜੇ ਕਿ ਸਾਬਕਾ ਮੰਤਰੀ ਰਹੇ ਨੇ ਅਤੇ ਲੁਧਿਆਣਾ ਵਿੱਚ ਲਗਾਤਾਰ ਐਕਟਿਵ ਨੇ। ਲੁਧਿਆਣਾ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਬੇਸ਼ੱਕ ਚੋਣਾਂ 2022 ਦੀਆਂ ਹਾਰ ਗਏ ਸੀਗੇ, ਪਰ ਉਹਨਾਂ ਦੇ ਕੰਮ ਦੇ ਵਿੱਚ ਕਮੀ ਨਹੀਂ ਆਈ, ਉਹ ਲੋਕਾਂ ਦੇ ਨਾਲ ਹਜੇ ਵੀ ਰੂਟੀਨ ਦੇ ਨਾਲ ਮਿਲਦੇ ਨੇ, ਲੋਕਾਂ ਦਾ ਕੰਮ ਕਰਵਾਉਂਦੇ ਨੇ ਅਤੇ ਲੋਕਾਂ ਦੇ ਵਿੱਚ ਕਾਫੀ ਪਾਪੂਲਰ ਵੀ ਨੇ। ਬੇਸ਼ੱਕ 2022 ਇਲੈਕਸ਼ਨਾਂ ਦਾ ਇੱਕ ਬਦਲਾਵ ਦੀ ਰਾਜਨੀਤੀ ਦੇ ਤਹਿਤ ਉਹ ਵੀ ਹਰੇ ਨੇ ਜੋ ਪੂਰੇ ਪੰਜਾਬ ਦੇ ਵਿੱਚ ਹਾਲਾਤ ਦੇਖਣ ਨੂੰ ਮਿਲੇ ਸੀਗੇ, ਤਾਂ ਹੁਣ ਕਿਤੇ ਨਾ ਕਿਤੇ 2024 ਇਲੈਕਸ਼ਨਾਂ ਦੇ ਵਿੱਚ ਕਾਂਗਰਸ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਇੱਕ ਵਾਰ ਫਿਰ ਜਿਹੜਾ ਵਾ ਲੋਕ ਸਭਾ ਚੋਣਾਂ ਨੂੰ ਲੈ ਕੇ ਦਾਅ ਖੇਲ ਸਕਦੀ ਹੈ। 2022 ਦੇ ਵਿੱਚ ਵਿਧਾਨ ਸਭਾ ਚੋਣਾਂ ਲੜੇ ਸੀਗੇ, ਕਿਉਂਕਿ ਅਗਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਦੇ ਸਭ ਤੋਂ ਅਹਿਮ
ਵੱਡੇ ਲੀਡਰਾਂ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਅਗਰ ਕਿਹਾ ਜਾਵੇ ਤਾਂ ਉਹਨਾਂ ਦੇ ਵਿੱਚੋਂ ਕੁਛ, ਅਗਰ ਪਹਿਲੇ 5 ਲੀਡਰਾਂ ਦਾ ਨਾਮ ਲਿੱਤਾ ਜਾਵੇ ਤਾਂ ਉਹਨਾਂ ਦੇ ਵਿੱਚੋਂ ਭਾਰਤ ਭੂਸ਼ਣ ਆਸ਼ੂ ਦਾ ਨਾਮ ਆਉਂਦਾ ਵਾ, ਅਤੇ ਲੁਧਿਆਣਾ ਦੇ ਵਿੱਚੋਂ ਸਭ ਤੋਂ ਅਹਿਮ ਵੱਡੇ ਲੀਡਰਾਂ ਦੇ ਵਿੱਚੋਂ ਸਭ ਤੋਂ ਇੱਕ ਨੰਬਰ 'ਤੇ ਭਾਰਤ ਭੂਸ਼ਣ ਆਸ਼ੂ ਨੇ। ਬਿਲਕੁਲ, ਅਗਰ ਮੈਂ ਰਵਨੀਤ ਬਿੱਟੂ ਦੀ ਪੋਲੀਟਿਕਸ ਦੀ ਗੱਲ ਕਰਾਂ ਤਾਂ ਕਾਫੀ ਬੈਲੈਂਸਡ, ਬੜੇ ਸੰਭਲ ਕੇ ਚੱਲਦੇ ਨੇ। ਅਗਰ ਆਮ ਆਦਮੀ ਪਾਰਟੀ ਬਾਰੇ ਉਹਨਾਂ ਕੋਲੋਂ ਕੋਈ ਸਵਾਲ ਹੁੰਦਾ ਹੈ ਤਾਂ ਭਗਵੰਤ ਮਾਨ ਦੀਆਂ ਤਾਰੀਫਾਂ ਕਰ ਦਿੰਦੇ ਨੇ, ਅਤੇ ਹੁਣ ਵੀ ਅਮਿਤ ਸ਼ਾਹ ਦੀ ਉਹਨਾਂ ਨੇ ਖੂਬ ਤਾਰੀਫਾਂ ਕੀਤੀਆਂ ਅਤੇ ਕਿਹਾ ਕਿ ਕਾਫੀ ਕਰੀਬੀ ਨੇ ਉਹ ਅਮਿਤ ਸ਼ਾਹ ਦੇ। ਸੋ ਓਵਰਆਲ ਅਗਰ ਦੇਖਿਆ ਜਾਵੇ ਤਾਂ ਰਵਨੀਤ ਬਿੱਟੂ ਅਚਾਨਕ ਕੀ ਬੀਜੇਪੀ 'ਚ ਗਏ ਨੇ ਜਾਂ ਪਹਿਲਾਂ ਤੋਂ ਐਸੀਆਂ ਚਰਚਾਵਾਂ ਸਨ ਕਿ ਪਾਰਟੀ ਅੰਦਰ ਵੀ ਪਤਾ ਸੀ ਕਿ ਆ ਸਭ ਕੁਛ, ਅਸੀਂ ਕਹੀਏ ਕਿ ਅੱਜ ਅਚਾਨਕ ਅਸੀਂ ਦੇਖ ਰਹੇ ਹਾਂ ਕਿ ਪ੍ਰੈਸ ਕਾਨਫਰੰਸ ਹੋ ਰਹੀ ਹੈ ਅਤੇ ਬੀਜੇਪੀ 'ਚ ਐਂਟਰੀ ਮਾਰ ਰਹੇ ਨੇ ਰਵਨੀਤ ਬਿੱਟੂ? ਜੀ ਬਿਲਕੁਲ, ਕੋਈ ਵੀ ਨਹੀਂ, ਕੋਈ ਵੀ ਅਗਰ ਲੀਡਰ ਕੋਈ ਫੈਸਲਾ ਲੈਂਦਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਲੰਬਾ ਵਿਚਾਰ ਵਿਮਰਸ਼ ਹੁੰਦਾ ਜਦੋਂ ਪਾਰਟੀ ਬਦਲ ਕੇ ਕਿਸੇ ਦੂਜੀ ਪਾਰਟੀ ਨੂੰ ਜੁਆਇਨ ਕੀਤਾ ਜਾਂਦਾ। ਤਾਂ ਕਿਆਸ ਰਾਹੀਆਂ ਪਹਿਲਾਂ ਤੋਂ ਲੱਗ ਰਹੀਆਂ ਸੀ ਕਿਉਂਕਿ ਅਮਿਤ ਸ਼ਾਹ ਦੇ ਨਾਲ ਕਾਫੀ ਨਜ਼ਦੀਕੀਆਂ ਰਹੀਆਂ ਵਾ ਪਿਛਲੇ ਕੁਛ ਸਾਲਾਂ ਦੇ ਵਿੱਚ। ਇਹ ਆਮ ਤੌਰ 'ਤੇ ਚਰਚਾਵਾਂ ਚੱਲਦੀਆਂ ਰਹੀਆਂ ਸੀਗੀਆਂ ਕਿ ਅਮਿਤ ਸ਼ਾਹ ਦੇ ਖਾਸ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਨੇ। ਤਾਂ ਹੁਣ ਰਵਨੀਤ ਬਿੱਟੂ ਬੀਜੇਪੀ ਜੁਆਇਨ ਕਰ ਚੁੱਕੇ ਨੇ, ਤਾਂ ਰਾਜਨੀਤੀ ਕਿਸ ਤਰ੍ਹਾਂ ਰਹੇਗੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਬਿਲਕੁਲ ਵਿਵੇਕ ਜੀ, ਆਖਰੀ ਸਵਾਲ, ਬੀਜੇਪੀ ਕਿੰਨੀ ਮਜ਼ਬੂਤ ਹੋਈ ਹੈ ਰਵਨੀਤ ਬਿੱਟੂ ਦੀ ਐਂਟਰੀ ਦੇ ਨਾਲ ਅਤੇ ਕਾਂਗਰਸ ਕਿੰਨੀ ਕਮਜ਼ੋਰ, ਅਗਰ ਮੋਟੇ ਤੌਰ 'ਤੇ ਦੇਖਿਆ ਜਾਵੇ? ਜੀ ਬਿਲਕੁਲ, ਜ਼ਰੂਰੀ ਹੈ ਕਿ ਜੇਕਰ ਅਗਰ ਕੋਈ ਵੱਡਾ ਚਿਹਰਾ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਸਦਾ ਇੰਪੈਕਟ ਤਾਂ ਜ਼ਰੂਰ ਪੈਂਦਾ ਵਾ, ਬੀਜੇਪੀ ਦੇ ਉੱਤੇ ਵੀ ਇੰਪੈਕਟ ਜ਼ਰੂਰ ਪਏਗਾ। ਬੇਸ਼ੱਕ ਜਿਹੜਾ ਵਾ ਵੋਟ ਬੈਂਕ ਦੇ ਉੱਤੇ ਉਸਦਾ ਕਿੰਨਾ ਕੁ ਅਸਰ ਪਏਗਾ ਇਹ ਲੋਕ ਸਭਾ ਚੋਣਾਂ ਦੱਸਣਗੀਆਂ, ਪਰ ਰਵਨੀਤ ਬਿੱਟੂ ਦੇ ਆਉਣ ਦੇ ਨਾਲ ਬੀਜੇਪੀ ਮਜ਼ਬੂਤ ਜ਼ਰੂਰ ਹੋਏਗੀ ਕਿਉਂਕਿ ਬੀਜੇਪੀ ਹੁਣ ਗਠਜੋੜ ਦੀ ਰਾਜਨੀਤੀ ਤੋਂ ਅਲੱਗ ਹੋ ਕੇ ਇਕੱਲੇ 2024 ਇਲੈਕਸ਼ਨਾਂ ਲੜਨ ਦੀ ਐਲਾਨ ਕਰ ਚੁੱਕੀ ਹੈ, ਅਤੇ ਕਿਤੇ ਨਾ ਕਿਤੇ 2027 ਵੱਲ ਨੂੰ ਦੇਖ ਕੇ ਜਿਹੜਾ ਵਾ ਬੀਜੇਪੀ ਇਹ ਫੈਸਲੇ ਲੈਂਦੀ ਹੋਈ ਨਜ਼ਰ ਆ ਰਹੀ ਹੈ। ਅਤੇ ਰਵਨੀਤ ਬਿੱਟੂ ਸਿੱਖ ਚਿਹਰੇ ਦੇ ਤੌਰ 'ਤੇ ਜਾਣੇ ਜਾਂਦੇ ਨੇ, ਸਾਬਕਾ ਮੁੱਖ ਮੰਤਰੀ ਮਹਿਰੂਮ ਬੇਅੰਤ ਸਿੰਘ ਦੇ ਪੋਤੇ ਮੰਨੇ ਜਾਂਦੇ ਨੇ, ਅਤੇ ਸ਼ਹੀਦੀ ਉਹਨਾਂ ਦੀ ਕੁਰਬਾਨੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਕ ਕਾਫੀ ਬੇਅੰਤ ਸਿੰਘ ਪਰਿਵਾਰ ਦੇ ਨਾਲ ਜੁੜੇ ਹੋਏ ਸੀਗੇ। ਰਵਨੀਤ ਬਿੱਟੂ ਦੇ ਵੀ ਲਗਾਤਾਰ 3 ਵਾਰ ਜਿੱਤਣ ਦੇ ਪਿੱਛੇ ਕਾਰਨ ਇਹ ਹੀ ਰਹੇ ਸੀਗੇ ਕਿ ਉਹਨਾਂ ਦੇ ਦਾਦੇ ਵੱਲੋਂ ਆਤੰਕਵਾਦ ਨੂੰ ਹਟਾਉਣ ਵਾਸਤੇ ਦਿੱਤੀ ਗਈ ਸ਼ਹੀਦੀ ਜਿਹੀ ਸੀਗੀ ਉਸ ਨੂੰ ਲਗਾਤਾਰ ਆਪਣੇ ਭਾਸ਼ਣਾਂ ਦੇ ਵਿੱਚ, ਆਪਣੇ ਸੰਬੋਧਨਾਂ ਦੇ ਵਿੱਚ ਰਵਨੀਤ ਬਿੱਟੂ ਜਿਤਾਉਂਦੇ ਵੀ ਰਹੇ ਨੇ ਕਿ ਉਹਨਾਂ ਦੇ ਦਾਦੇ ਦੇ ਵੱਲੋਂ ਜੋ ਸ਼ਹਾਦਤ ਦਿੱਤੀ ਗਈ ਹੈ ਉਸਦਾ ਹੀ ਚੱਲਦੇ ਅੱਜ ਪੰਜਾਬ ਸ਼ਾਂਤੀ ਦੇ ਦੌਰ 'ਤੇ ਵਿੱਚ ਚੱਲ ਰਿਹਾ ਵਾ। ਜ਼ਰੂਰ ਬੀਜੇਪੀ ਜੁਆਇਨ ਕਰਨ ਦੇ ਨਾਲ ਬੀਜੇਪੀ ਨੂੰ ਮਜ਼ਬੂਤੀ ਮਿਲੇਗੀ ਅਤੇ ਕਾਂਗਰਸ ਨੂੰ ਕਿਤੇ ਨਾ ਕਿਤੇ ਝਟਕਾ ਜ਼ਰੂਰ ਹੈ ਕਿਉਂਕਿ ਜਦੋਂ ਵੱਡੇ ਲੀਡਰ ਲਗਾਤਾਰ ਪਾਰਟੀ ਛੱਡਦੇ ਨੇ ਤਾਂ ਨਾਲੇ। ਅਗਰ ਰਵਨੀਤ ਬਿੱਟੂ ਦੇ ਅਗਰ ਤੁਸੀਂ ਗੱਲ ਕੀਤੀ ਹੈ, ਉਹ ਵੀ ਜੋ ਉਹ ਪੋਲਿਟਿਕਸ ਕਰਦੇ ਨੇ ਉਸ 'ਤੇ ਵੀ ਦੋ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਨੇ, ਕੁਝ ਲੋਕ ਉਹਨਾਂ ਦੇ ਨਾਲ ਹੁੰਦੇ ਨੇ ਅਤੇ ਕੁਝ ਉਹਨਾਂ ਨੂੰ ਅਪੋਜ਼ ਕਰਦੇ ਨੇ ਉਹਨਾਂ ਦੀ ਪੋਲੀਟਿਕਸ ਨੂੰ, ਜਿਸ ਤਰ੍ਹਾਂ ਦਾ ਉਹਨਾਂ ਤਰੀਕਾ ਰਹਿੰਦਾ ਹੈ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਨੂੰ ਲੈ ਕੇ, ਖਾਲਿਸਤਾਨ ਨੂੰ ਲੈ ਕੇ ਜੋ ਉਹਨਾਂ ਦੇ ਬਿਆਨ ਆਉਂਦੇ ਨੇ, ਇੱਕ ਪੰਜਾਬ ਦਾ ਵੱਡਾ ਹਿੱਸਾ ਜੋ ਹੈ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਭੁਗਤਦਾ ਹੈ ਮੋਟੇ ਤੌਰ। ਜੀ ਬਿਲਕੁਲ, ਰਵਨੀਤ ਬਿੱਟੂ ਦਾ ਪਲੇਇੰਗ ਜਿਹੜਾ ਗਰਾਊਂਡ ਹੈ ਉਹ ਬੜਾ ਲਿਮਿਟਿਡ ਹੈ, ਉਹ ਲਿਮਿਟਿਡ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਦੇ ਹੋਏ ਨਜ਼ਰ ਆਉਂਦੇ ਨੇ, ਤੇ ਇਹ ਜਿਹੜਾ ਗਰਮ ਖਿਆਲੀਆਂ ਦਾ ਮੁੱਦਾ ਹੋਵੇ, ਉਹ ਸ਼ਹਿਰੀ ਇਲਾਕੇ 'ਚ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਦੀ ਪੋਲੀਟਿਕਸ ਚੱਲ ਜਾਏ, ਪਰ ਅਸੀਂ ਪੇਂਡੂ ਇਲਾਕਿਆਂ ਦੀ ਰੂਰਲ ਏਰੀਆਸ ਦੀ ਗੱਲ ਕਰੀਏ ਤਾਂ ਉੱਥੇ ਰਵਨੀਤ ਬਿੱਟੂ ਦੀ ਪੋਲੀਟਿਕਸ ਇੰਨੀ ਨਹੀਂ ਚੱਲਦੀ। ਜੀ ਬਿਲਕੁਲ, ਲਗਾਤਾਰ ਇੱਦਾਂ ਕਿਹਾ ਜਾ ਸਕਦਾ ਕਿ ਰਵਨੀਤ ਬਿੱਟੂ ਦੀ ਜਿਹੜੀ ਪੋਲਿਟਿਕਸ ਹੈ ਉਹ ਕਿਸ ਬਿਲਕੁਲ ਲਿਮਿਟਿਡ ਮੁੱਦਿਆਂ ਦੇ ਉੱਤੇ ਹੈ,
ਵਿਕਾਸ ਦਾ ਮੁੱਦਾ ਜ਼ਰੂਰ ਰਹਿੰਦਾ ਵਾ, ਪਰ ਜ਼ਿਆਦਾ ਮੁੱਦੇ ਜਿਹੜਾ ਵਾ ਗਰਮ ਖਿਆਲੀ ਅਤੇ ਜੋ ਪਾਕਿਸਤਾਨ ਦੇ ਵਿਰੁੱਧ ਲਗਾਤਾਰ ਉਹਨਾਂ ਵੱਲੋਂ ਬਿਆਨਬਾਜ਼ੀ ਜਿਹੜੀ ਦਿੱਤੀ ਜਾਂਦੀ ਸੀਗੀ, ਜਿਸ ਦੇ ਕਾਰਨ ਬੀਜੇਪੀ ਦੇ ਨਾਲ ਨਜ਼ਦੀਕੀਆਂ ਵੀ ਉਹਨਾਂ ਦੇ ਇਸੇ ਕਰਕੇ ਬਣੀਆਂ, ਕਿਉਂਕਿ ਬੀਜੇਪੀ ਦੀ ਵੀ ਇੱਕ ਪੋਲੀਟਿਕਸ ਹੈ ਕਿ ਗਰਮ ਖਿਆਲੀ ਅਤੇ ਖਾਲਿਸਤਾਨੀਆਂ ਨੂੰ ਵਿਰੁੱਧ ਜਿਹੜਾ ਵੀ ਉਹਨਾਂ ਵੱਲੋਂ ਐਕਸ਼ਨ ਲਗਾਤਾਰ ਲਿੱਤਾ ਜਾ ਰਿਹਾ ਸੀਗਾ, ਤਾਂ ਉਸਦੇ ਕਾਰਨ ਬੀਜੇਪੀ ਨਾਲ ਵੀ ਰਵਨੀਤ ਬਿੱਟੂ ਦੀ ਨਜ਼ਦੀਕੀਆਂ ਦੇ ਕਾਰਨ ਇਹੀ ਰਹੇ ਨੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਵਿਵੇਕ ਜੀ ਇਸ ਤਮਾਮ ਜਾਣਕਾਰੀ ਦੇ ਲਈ। ਸੋ ਅੱਜ ਦੀ ਵੱਡੀ ਖਬਰ, ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ। ਬਾਕੀ ਤੁਹਾਨੂੰ ਕੀ ਲੱਗਦਾ ਹੈ, ਕੀ ਫਰਕ ਪਵੇਗਾ ਇਸ ਦਾ ਪੰਜਾਬ ਦੀ ਸਿਆਸਤ 'ਤੇ? ਕਾਂਗਰਸ ਕਿੰਨੀ ਕਮਜ਼ੋਰ ਹੋਵੇਗੀ ਅਤੇ ਬੀਜੇਪੀ ਕਿੰਨੀ ਮਜ਼ਬੂਤ? 2024 ਨੂੰ ਲੈ ਕੇ ਕੀ ਸਮੀਕਰਨ ਬਣਨਗੇ? ਤੁਸੀਂ ਵੀ ਆਪਣੀ ਟਿੱਪਣੀ ਜ਼ਰੂਰ ਦਿਓ, ਕਮੈਂਟ ਜ਼ਰੂਰ ਲਿਖੋ। ਬਾਕੀ ਮੈਨੂੰ ਤਾਂ ਉਹ ਇਜਾਜ਼ਤ 'ਤੇ ਦੇਖਦੇ ਰਹੋ ਪੰਜਾਬ ਤੱਕ। ਸਤਿ ਸ਼੍ਰੀ ਅਕਾਲ।